ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜਰੂਰ ਦਬਾਓ ਤਾਂ ਜੋ ਸਾਡੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਣ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੰਡੀਆ ਤੋਂ ਲਾਇਬ੍ਰੇਰੀਆ ਦੇ ਭਾਗ ਤੀਜੇ 'ਚ ਦੁਬਈ ਏਅਰਪੋਰਟ ਅਤੇ ਜਿਵੇਂ ਕਿ ਤੁਹਾਨੂੰ ਪਿਛਲੇ ਭਾਗ 'ਚ ਅਖੀਰ 'ਚ ਦੱਸਿਆ ਸੀਗਾ ਦੁਬਈ ਆਉਣ 'ਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪੀ ਸੀ ਆਰ ਟੈਸਟ ਬਹੁਤ ਜ਼ਰੂਰੀ ਹੈ ਅਤੇ ਉਹਦੇ ਨਾਲ ਨਾਲ ਤੁਹਾਨੂੰ ਹੋਟਲ ਬੁਕਿੰਗ ਕਰਾਉਣਾ ਪੈਣਾ ਰਿਟਰਨ ਟਿਕਟ ਜ਼ਰੂਰੀ ਹੈ ਭਾਵੇਂ ਤੁਸੀਂ ਟ੍ਰਾਂਜੈਕਸ਼ਨ ਕਰ ਰਹੇ ਕਿਸੇ ਦੂਸਰੇ ਕੰਟਰੀ 'ਚ ਦੁਬਈ ਦੇ ਰਾਹੀਂ ਅਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਦੁਬਈ ਵੀਜ਼ਾ ਹੋਣਾ ਚਾਹੀਦਾ ਅਤੇ ਇਹ ਚੀਜ਼ਾਂ ਤੋਂ ਬਗੈਰ ਜੇ ਤੁਸੀਂ ਟਰੈਵਲ ਕਰਨਾ ਚਾਹੋਗੇ ਤਾਂ ਤੁਹਾਨੂੰ ਉਹਨਾਂ ਨੇ ਪਲੇਨ 'ਤੇ ਚੜ੍ਹ ਨਹੀਂ ਦੇਣਾ ਸਟਾਫ ਨੇ ਏਅਰ ਇੰਡੀਆ ਸਟਾਫ ਸਪੈਸ਼ਲੀ ਉਹਨਾਂ ਨੇ ਤੁਹਾਨੂੰ ਪਲੇਨ 'ਤੇ ਨਹੀਂ ਚੜ੍ਹਨ ਦੇਣਾ ਬਾਕੀ ਚਲੋ ਦੁਬਈ ਦੀ ਗੱਲ ਕਰਦੇ ਹਾਂ ਅਤੇ ਅਸੀਂ ਆ ਗਏ ਦੁਬਈ ਏਅਰਪੋਰਟ 'ਤੇ ਅਤੇ ਟਰਮੀਨਲ 2 ਤੋਂ ਟਰਮੀਨਲ 3 'ਤੇ ਜਾਣ ਲਈ ਅਸੀਂ ਬੱਸ 'ਚ ਬੈਠੇ ਹਾਂ ਅਤੇ ਬਾਕੀ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਦੁਬਈ ਏਅਰਪੋਰਟ ਦੇ ਵਿੱਚੋਂ ਦੁਬਈ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੱਸਦੀ ਹੈ ਅਤੇ ਅਸੀਂ ਦੇਖਦੇ ਸੀਗੇ ਅਤੇ ਲਾਈਟਾਂ ਪੂਰੀਆਂ ਦੱਸਦੀਆਂ ਸੀਗੀਆਂ ਅਤੇ ਤੁਹਾਨੂੰ ਕੈਮਰੇ 'ਚ ਨਹੀਂ ਦੱਸਣੀ ਬਾਕੀ ਬਹੁਤ ਸ਼ਾਨਦਾਰ ਵਿਊ ਸੀਗਾ ਅਤੇ ਦੇਖੋ ਤੁਸੀਂ ਦੁਬਈ ਏਅਰਪੋਰਟ ਦੇ ਨਜ਼ਾਰੇ ਦੇਖੋ ਇਹ ਹਾਈਵੇ ਨਾਲ ਚੱਲ ਰਿਹਾ ਅਤੇ ਹਾਈਵੇ 'ਚ ਪੂਰੀਆਂ ਗੱਡੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਜਾਂਦੀਆਂ ਹੋਈਆਂ ਟ੍ਰੈਫਿਕ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਸਾਡੇ ਪੰਜਾਬ 'ਚ ਤਾਂ ਬਹੁਤ ਹੁੰਦੀ ਹੈ ਅਤੇ ਇੱਥੇ ਬਿਲਕੁਲ ਸ਼ਾਨਦਾਰ ਚੱਲਣ ਦੀ ਹੈ ਦੁਬਈ ਬਾਰੇ ਸਾਰੇ ਹੀ ਜਾਣਦੇ ਆ ਕਿਉਂਕਿ ਦੁਬਈ ਦੁਨੀਆ ਦੇ ਪ੍ਰਸਿੱਧ ਦੇਸ਼ਾਂ 'ਚ ਆਉਂਦਾ ਆ ਦੁਬਈ ਦਾ ਏਅਰਪੋਰਟ ਬਹੁਤ ਵੱਡਾ ਆ ਜਿਹਦੇ ਅੰਦਰ ਮੈਟਰੋ ਟ੍ਰੇਨ ਚੱਲਦੀ ਆ ਪੈਸੰਜਰ ਨੂੰ ਗੇਟਾਂ ਤੱਕ ਲਿਜਾਣ ਤੱਕ ਅਤੇ ਦੁਬਈ ਦੇ ਵਿੱਚ ਤੁਸੀਂ ਦੇਖੋਗੇ ਕਿ ਸਾਡੇ ਇੰਡੀਅਨ ਬਹੁਤ ਛਾਏ ਹੋਏ ਆ ਦੁਬਈ 'ਚ ਆ ਕੇ ਨਾਂ ਕਮਾਇਆ ਹੋਇਆ ਆ ਦੁਬਈ ਦੀਆਂ ਗੱਡੀਆਂ ਬਹੁਤ ਮਸ਼ਹੂਰ ਆ ਇੱਥੇ ਦੇ ਸ਼ੇਖ ਵੱਡੀਆਂ ਵੱਡੀਆਂ ਗੱਡੀਆਂ ਨਜ਼ਰ ਰੱਖਦੇ ਆ ਟੋਪ ਮਾਡਲ ਅਤੇ ਜਿਨ੍ਹਾਂ ਕਰਕੇ ਬਹੁਤ ਪ੍ਰਸਿੱਧ ਹੈ ਅਤੇ ਦੁਨੀਆ ਤੋਂ ਬਹੁਤ ਟੂਰਿਸਟ ਇੱਥੇ ਦੁਬਈ 'ਚ ਆਉਂਦੇ ਆ ਇਹ ਦੇਖੋ ਤੁਹਾਨੂੰ ਇਹ ਦਿਖਾਵਾਂਗੇ ਅਤੇ ਆਰਟ ਸਟੋਰ ਆ ਟੀ ਚੋਦਰਾ ਅਤੇ ਆਹ ਦੇਖੋ ਮਾਰਕੀਟ ਇੱਥੇ ਅਲੱਗ ਹੈ ਅਤੇ ਇਹ ਸਟੋਰ ਸਾਡੇ ਇੱਥੇ ਲਾਇਬ੍ਰੇਰੀਆ ਵਿੱਚ ਵੀ ਹੈ ਅਤੇ ਇਹਨਾਂ ਇੰਡੀਅਨਸ ਦੇ ਸਟੋਰ ਦੁਬਈ 'ਚ ਦੇਖ ਕੇ ਬਹੁਤ ਖੁਸ਼ ਹੋਏ ਦੁਬਈ ਕੰਟਰੀ ਜ਼ਿਆਦਾਤਰ ਟੂਰਿਸਟ 'ਤੇ ਡਿਪੈਂਡ ਕਰਦੀ ਹੈ ਅਤੇ ਪੂਰਾ ਦੁਨੀਆ ਦਾ ਇਹ ਹੱਬ ਆ ਜਿਹਨੂੰ ਜੰਕਸ਼ਨ ਕਹਿ ਲੈਂਦੇ ਆ ਸਾਰੇ ਪਾਸੇ ਚੀਜ਼ਾਂ ਆ ਕੇ ਦੁਬਈ ਤੋਂ ਬਾਹਰ ਜਾਂਦੀਆਂ ਅਤੇ ਅਸੀਂ ਦੇਖਿਆ ਦੁਬਈ ਪਾਕਿਸਤਾਨ ਦੀ ਚੀਜ਼ ਦੁਬਈ ਤੋਂ ਹੋ ਕੇ ਸਾਡੇ ਕੋਲ ਆਈ ਮੇਡ ਇਨ ਪਾਕਿਸਤਾਨ ਅਤੇ ਉੱਪਰ ਦੁਬਈ ਦੀ ਮੋਹਰ ਲੱਗੀ ਸੀ ਇਹ ਦੁਬਈ ਦੇ ਏਅਰਪੋਰਟ ਦੇ ਅੰਦਰ ਦਾ ਵੀ ਬੱਸ ਰਾਹੀਂ ਅਸੀਂ ਜਾ ਰਹੇ ਸੀਗੇ ਅਤੇ ਨਾਲ ਨਾਲ ਹਾਈਵੇ ਚੱਲੇ ਆ ਅਤੇ ਅਸੀਂ ਅੰਦਰੋਂ ਅੰਦਰ ਟਰਮੀਨਲ 2 ਤੋਂ ਟਰਮੀਨਲ 3 'ਤੇ ਪਹੁੰਚਣਾ ਸੀਗਾ ਬੱਸ ਰਾਹੀਂ ਅਸੀਂ ਟਰਮੀਨਲ 3 'ਤੇ ਪਹੁੰਚੇ 15-20 ਮਿੰਟ ਲੱਗ ਗਏ ਸਾਨੂੰ ਬੱਸ 'ਚ ਅਤੇ ਚਲੋ ਦੇਖੋ ਤੁਸੀਂ ਅੱਗੇ ਵੀਡੀਓ ਸਾਡੇ ਅੱਗੇ ਬੱਚੇ ਜਾ ਰਹੇ ਸੀ ਆ ਦੇਖ ਰਹੇ ਹੋ ਤੁਸੀਂ ਇਹ 3 ਬੱਚੇ ਆ ਜੰਬਾਬੇ ਤੋਂ ਇਕੱਲੇ ਹੀ ਆ ਗਏ ਆ ਛੋਟੇ ਛੋਟੇ ਬੱਚੇ ਅਤੇ ਇਹਨਾਂ ਨੇ ਆਸਟ੍ਰੇਲੀਆ ਜਾਣਾ ਅਸੀਂ ਆ ਗਏ ਹਾਂ ਪਲੇਨ 'ਚ ਇਥੋਪੀਅਨ ਏਅਰਲਾਈਨ ਦੇ ਪਲੇਨ 'ਚ ਬੈਠੇ ਹਾਂ ਅਤੇ ਦੇਖੋ ਤੁਸੀਂ ਥੱਲੇ ਦੁਬਈ ਦਾ ਵਿਊ ਕਿੰਨੀ ਲਾਈਟਾਂ ਲੱਗੀਆਂ ਹੋਈਆਂ ਆ ਸਾਰੇ ਪਾਸੇ ਜਗਮਗ ਹੋਈ ਆ ਅਤੇ ਬਹੁਤ ਵਧੀਆ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਅਤੇ ਅਸੀਂ ਹੁਣ ਇਥੋਪੀਆ ਜਾਣਾ ਆ ਅਤੇ ਉੱਥੇ ਜਾ ਕੇ ਤੁਹਾਨੂੰ ਇਥੋਪੀਆ ਦਾ ਏਅਰਪੋਰਟ ਦਿਖਾਵਾਂਗੇ ਅਤੇ ਅੱਗੇ ਦੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਲਿਆਉਂਗੇ ਅਤੇ ਤੁਸੀਂ ਸਾਡੀ ਵੀਡੀਓ ਦੇਖਦੇ ਰਹੋ ਅਤੇ ਪਸੰਦ ਆਈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਦੇਖੋ ਜੀ ਇਹ ਸਵੇਰ ਦਾ ਵਿਊ ਆ
ਪਲੇਨ ਦੇ ਵਿੱਚੋਂ ਥੱਲੇ ਬੱਦਲ ਅਤੇ ਬੱਦਲਾਂ ਦੇ ਉੱਪਰ ਸੂਰਜ ਨਿਕਲ ਗਿਆ ਅਤੇ ਸਾਡਾ ਇੰਡੀਆ ਤੋਂ ਲਾਇਬ੍ਰੇਰੀ ਦਾ ਤੀਜਾ ਭਾਗ ਇੱਥੇ ਸਮਾਪਤ ਹੁੰਦਾ ਹੈ ਅਤੇ ਅੱਗੇ ਲੈ ਕੇ ਆਵਾਂਗੇ ਚੌਥਾ ਭਾਗ ਇਥੋਪੀਆ ਏਅਰਪੋਰਟ ਦਾ ਅਤੇ ਦੇਖਦੇ ਰਹੋ ਧੰਨਵਾਦ ਥੈਂਕ ਯੂ।